is Campbell Street. 西南市营盘街。
Thank you.
是鸭蛋街，请紧握扶手，请扶着汗水，请紧握扶手。
哎呀，我要睇地食你，但我唔記得嗰間嘢叫咩名。因為得 Chris 嘛。買佢啲人上嚟睇幾多啊？話二十一。如果唔係咧，因為咧你買嗰時講我就唔好買。其實睇一下你一間。ਤਰਾ ਹੈਗਾ ਨਾ ਤੇਰਾ ਤੇ ਤੇਰਾ ਆਈ ਡੀ ਕਾਰਡ ਤੇ ਤੇਰਾ ਸਭ ਕੁਝ ਚੱਲਦਾ ਵਾ ਵੀ ਮੇਰਾ ਤੇ ਸਰਨੇਮ ਨਹੀਂ ਨਾ ਹੈਗਾ ਆਈ ਡੀ ਕਾਰਡ ਤੇ ਮੇਰਾ ਵੀ ਸਰਨੇਮ ਨਹੀਂ ਮੇਰਾ ਨੋਰਮਲੀ ਨਾਮ ਆ ਤੇ ਮੈਨੂੰ ਮਤਲਬ ਤੂੰ ਹੁਣ ਆ ਉੱਥੇ ਇੱਕ ਫਾਰਮ ਆਇਆ ਨਾਲੋਂ ਤੂੰ ਉਹਦੇ ਸਾਈਨ ਕਰ ਉਹ ਫਿਰ ਅਸੀਂ ਵਾਪਸ ਭੇਜ ਦਿਆ ਨੰਦਨ ਫਿਰ ਉੱਥੇ ਤੇਰੇ ਹੁਣ ਸਾਈਨ ਹੋਣੇ ਆ ਵੀ ਤੇਰਾ ਸਰਨੇਮ ਕੁਝ ਨਹੀਂ ਹੈਗਾ ਤੇਰਾ ਉਹ ਜੋ ਕੁਝ ਹੈਗਾ ਉਹ ਬੰਦਿਆ ਹੈ ਨਾ ਹਾਂ ਤੇ ਫਿਰ ਉਹ ਕਹਿੰਦਾ ਵੀ ਉਹ ਅਸੀਂ ਜਮ੍ਹਾਂ ਕਰਾਉਂਦੇ ਹਾਂ ਫਿਰ ਕਹਿੰਦਾ ਵੀ ਤੂੰ ਹੁਣੇ ਆ ਕੇ ਫਿਰ ਸਾਈਨ ਕਰ ਦੇ ਤੇ ਅਸੀਂ ਜਮ੍ਹਾਂ ਕਰਵਾ ਦਿੰਦੇ ਹਾਂ ਆਪ ਹੀ ਨਹੀਂ ਨਹੀਂ ਹੁਣ ਮੇਰੇ ਇਕੱਲੇ ਦੇ ਸਾਈਨ ਚਾਹੀਦੇ ਆ ਮੈਨੂੰ ਕਹਿੰਦਾ ਤੂੰ ਅੱਜ ਆ ਜਾ ਬਸ ਹਾਂ ਤੇ ਫਿਰ ਅਸੀਂ ਜਮ੍ਹਾਂ ਕਰਵਾ ਦਿੰਦੇ ਹਾਂ ਮੈਂ ਕਿਹਾ ਚੱਲ ਠੀਕ ਆ ਹੋਰ ਵਧੀਆ ਵਾ ਚਾਚਾ ਕਿੰਦਰ ਦਾ ਸੀ ਉਹ ਗੱਲ ਅੱਗੇ ਉਹ ਕੰਮ ਪਿਆ ਸੀ ਉਹ ਤਾਂ ਮੈਨੂੰ ਦੱਸਿਆ ਸਕੂਲ ਵਾਲੇ ਨੇ ਕਹਿੰਦੇ ਵੀ ਤੇਰਾ ਤੇਰੀ ਕੁੜੀ ਦਾ ਅਸੀਂ ਲਾਂਗੇ ਫੋਨ ਤੇ ਟੈਸਟ ਲਵਾਂਗੇ ਠੀਕ ਆ ਵੀ ਉਹ ਕਿਹੜੀ ਕਲਾਸ ਵਿੱਚ ਹੋ ਸਕਦੀ ਆ ਤੇ ਜਿਹੜੀ ਹਿਸਾਬ ਨਾਲ ਉਹਦੀ ਉਮਰ ਆ ਤੇ ਜਿਹੜੀ ਸਾਨੂੰ ਹੈਗਾ ਤੇ ਉਹ ਫੋਰਮ 2 ਦੇ ਵਿੱਚ ਜਾਊਗੀ ਠੀਕ ਆ ਤੇ ਉਹਦਾ ਤੈਨੂੰ ਇੱਕ ਸਾਲ ਦੀ ਫੀਸ ਤਾਰਨੀ ਪਊਗੀ 25,740 ਡਾਲੇ ਇੱਥੋਂ ਦੀ ਇੱਕੇ ਵਾਰ ਪਹਿਲੀ ਵਾਰ ਜਿਹੜੀ ਤਾਰਨੀ ਆ
ਅਸੀਂ 25,740 ਵਾਲੇ ਤੈਨੂੰ ਫੀਸ ਤਾਰਨੀ ਤਾਰ ਕੇ ਅਸੀਂ ਤੈਨੂੰ ਸਭ ਕੁਝ ਦਾ ਕਰਕੇ ਤੇ ਅਸੀਂ ਆਪਣੇ ਨੂੰ ਕਲੀਅਰੈਂਸ ਲੈਟਰ ਦੇ ਕੇ ਤੈਨੂੰ ਦੇ ਦਾਂਗੇ ਵੀ ਅਸੀਂ ਫਾਰਮ ਦੇ ਦਾਂਗੇ ਵੀ ਐਕਸੈਪਟੇਬਲ ਆਏ ਨੰਬਰ 2 ਤੈਨੂੰ ਉਹਦੇ ਵਾਸਤੇ ਇੱਕ ਸਪੌਂਸਰ ਚਾਹੀਦਾ ਵਾ ਕਿਉਂਕਿ ਤੁਸੀਂ ਤੇ ਇੱਥੇ ਹੈ ਨਹੀਂ ਗੀ ਜੇ ਵੀ ਜਿਹਦੇ ਘਰ ਉਹਨੇ ਰਹਿਣਾ ਵਾ ਉਹਦੇ ਘਰ 'ਚ ਜਗ੍ਹਾ ਚਾਹੀਦੀ ਆ ਅਤੇ ਜਿਹਦੇ ਘਰ ਜਿੰਨੇ ਉਹਦਾ ਵੀ ਖਰਚਾ ਵਰਚਾ ਚੁੱਕਣਾ ਉਹਦੀ ਸੈਲਰੀ ਵੇਖਣੀ ਇਨਕਮ ਵੇਖਣੀ ਘਰ ਤੋਂ ਘਰ ਉਹਦੇ ਖਾਤੇ 'ਚ 1-1.5 ਲੱਖ ਡਾਲਰ ਚਾਹੀਦਾ ਵਾ ਕਿ ਉਹਦਾ ਖਰਚਾ ਚੁੱਕਣ ਜੋਗੇ ਹੈਗੇ ਕਿ ਨਹੀਂ ਹੈਗੇ ਸਟਰੋਂਗ ਚਾਹੀਦਾ ਪੁਆਇੰਟ ਅਕਾਊਂਟ ਦੇ ਵਿੱਚ ਵੀ ਮਗਰ ਵੀ ਉਹਨਾਂ ਨੇ ਵੇਖਣਾ ਵੀ ਇਹਦਾ ਵੀ ਮੇਨ ਚੀਜ਼ ਵੀ ਉਹਦਾ ਰਿਸ਼ਤਾ ਕੀ ਹੈ ਤੁਹਾਡੇ ਨਾਲ ਉਹ ਐਮੀਗ੍ਰੇਸ਼ਨ ਨਾਲ ਵੇਖਣਾ ਵੀ ਜਿਸ ਤਰ੍ਹਾਂ ਤੇਰੀ ਆਉਂਦਾ ਵੀ ਇਹਨੂੰ ਉਹਦੇ ਤੇਰੀ ਭੈਣ ਆ ਉਹਦਾ ਉਹਦਾ ਬਹੁਤ ਪਲੱਸ ਪੁਆਇੰਟ ਆ ਹੈਨਾ ਆਉਂਦਾ ਉਹ ਤਾਂ ਓਕੇ ਆ ਉਹ ਵੀ ਨੋ ਪ੍ਰੋਬਲਮ ਆ ਅਤੇ ਬਾਕੀ ਉਹਨੇ ਵੇਖਣਾ ਵੀ ਜਿਸ ਤਰ੍ਹਾਂ ਇਹ ਤੁਸੀਂ ਇੱਥੇ ਸਟੱਡੀ ਕਿਉਂ ਕਰਵਾਉਣੀ ਚਾਹੁੰਦੇ ਜੇ ਵਰਤੋਂ ਕਰਵਾਉਣੀ ਚਾਹੁੰਦੇ ਜਾਂ ਕਿਵੇਂ ਆ ਚਲੋ ਉਹ ਵੀ ਇਹਨਾਂ ਅਸੀਂ ਕਹਿ ਦਾਂਗੇ ਵੀ ਹਾਈ ਲੈਵਲ ਦੇ ਐਜੂਕੇਸ਼ਨ ਦੇ ਬੰਦੇ ਗੱਲ ਕਰਨੀ ਚਾਹੁੰਦੇ ਆ ਇਹ ਇੰਟਰਨੈਸ਼ਨਲ ਸਟੱਡੀ ਕਰਵਾਉਣੀ ਚਾਹੁੰਦੇ ਆ ਥੋੜ੍ਹੀ ਵੀ ਸਟੱਡੀ ਉਹਦੀ ਚੰਗੀ ਹੋ ਜੇ ਆਉਂਦਾ ਉਹ ਵੀ ਚੱਲ ਨਿਬੜ ਜੂਗਾ ਕੰਮ ਆਉਂਦਾ ਮੇਨ ਪਲੱਸ ਪੁਆਇੰਟ ਜਿਹੜਾ ਵਾ ਉਹਦਾ ਵੀ ਤੇਰੇ ਸਪੋਂਸਰ 'ਤੇ ਨਿਬੜਦਾ ਵਾ ਸਪੋਂਸਰ ਨਿਬੜ ਕੇ ਤੇ ਆਉਂਦਾ ਫਿਰ ਤੂੰ ਕਰਨਾ ਚਾਹੀਦਾ ਤੈਨੂੰ ਵਕੀਲ ਜੇ ਵਕੀਲ ਰਾਹੀਂ ਕਰਨਾ ਇਮੀਗ੍ਰੇਸ਼ਨ ਵੀਜ਼ਾ ਅਪਲਾਈ ਤਾਂ ਵੀ ਵੇਲਾ ਅਤੇ ਉਹ ਤੈਨੂੰ ਸਭ ਕੁਝ ਉਹ ਤੈਨੂੰ ਦੱਸ ਦੂਗਾ ਕਿ ਉਹ ਮੇਨ ਜਿਹੜੀਆਂ ਚੀਜ਼ਾਂ ਹੁੰਦੀਆਂ ਵੀ ਜਿਹੜੇ ਵੀਜ਼ੇ ਹੋਏ ਪਹਿਲਾਂ ਉਹਨਾਂ ਪਹਿਲੀ ਵਾਰ ਤੈਨੂੰ ਦੇਣਾ ਪੈਣਾ $25,000 ਉਹ ਤੋਂ ਬਾਅਦ ਜਦੋਂ ਆਏ ਸਾਲ ਵੀਜ਼ਾ ਲਵਾਉਣ ਵਾਸਤੇ ਤੈਨੂੰ ਚਾਹੀਦੇ ਸਕੂਲ ਵੱਲੋਂ ਫੋਰਮ ਚਾਹੀਦੇ ਫਾਰਮ ਚਾਹੀਦੇ ਹੁੰਦੇ ਆ ਉਹ ਸਾਡੇ ਵੱਲੋਂ ਕੋਈ ਫੀਸ ਨਹੀਂ ਕੋਈ ਕੁਝ ਨਹੀਂ ਅਸੀਂ ਆਏ ਸਾਲ ਜਦੋਂ ਇਹਨੇ ਵੀਜ਼ਾ ਅਪਲਾਈ ਕਰਿਆ ਕਰਨਾ ਅਸੀਂ ਉਹ ਫਾਰਮ ਆਪੇ ਦੇ ਦਿਆ ਕਰਨਾ ਵਾ ਪਰ ਅਗਲੇ ਸਾਲ ਉਹਦੀ ਫੀਸ ਤਰਿਆ ਕਰਨੀ ਮਹੀਨੇ ਮਹੀਨੇ ਨੋਰਮਲੀ ਆ ਕਹਿੰਦਾ ਸਾਡੇ ਸਕੂਲ ਪੜ੍ਹਦੇ ਜਵਾਕਾਂ ਜਵਾਕ ਸਾਡੇ ਸਾਡੇ ਕੋਈ ਫਿਲਪੀਨ ਤੋਂ ਵੀ ਨਿਆਣੇ ਪੜ੍ਹਦੇ ਆ ਜਵਾਕ ਕਹਿੰਦਾ ਦੋਵੇਂ ਭੈਣ ਭਰਾ ਪਹਿਲਾਂ ਪੜ੍ਹਦੇ ਸੀ ਇੱਕ ਮੁੰਡਾ ਤੇ ਵੱਡਾ ਤੇ ਇੱਕ ਆ ਛੋਟੀ ਹੈ ਕੁੜੀ ਤੇ ਮੁੰਡਾ ਵੱਡਾ ਵਾ ਕੁੜੀ ਛੋਟੀ ਆ ਤੇ ਮੁੰਡੇ ਨੂੰ ਪੜ੍ਹਦੇ ਨੂੰ 8 ਸਾਲ ਹੋ ਗਏ ਹੁਣ ਤੇ ਮੁੰਡੇ ਨੂੰ ਉਹਨਾਂ ਨੇ ਪਰਮਾਨੈਂਟ ਹੋ ਗਿਆ ਹੁਣ 7 ਸਾਲਾਂ ਬਾਅਦ ਪਰਮਾਨੈਂਟ ਵੀ ਕਰ ਦਿੰਦੇ ਹੋ ਸਟੱਡੀ ਬੇਸ 'ਤੇ 18 ਸਾਲਾਂ ਬਾਅਦ ਇਹਦਾ ਆਈਡੀ ਕਾਰਡ ਵੀ ਚੇਂਜ ਹੋਊਗਾ ਸਭ ਕੁਝ ਹੁੰਦਾ ਤਾਂ ਕਿਉਂ ਨਹੀਂ ਹੁੰਦਾ ਵੀ ਮੇਰਾ ਸਭ ਸਟੱਡੀ ਬੇਸ 'ਤੇ ਪਰਮਾਨੈਂਟ ਕਰਦੇ ਅਗਲੇ ਉਹ ਜੇ ਤੇਰੀਆਂ 3 ਕੁੜੀਆਂ ਤੇਰੇ ਵਾਸਤੇ ਪਲੱਸ ਪੁਆਇੰਟ ਜੇ ਤੂੰ 3 ਪੜ੍ਹਾਉਣੀ ਚਾਹੁੰਦਾ ਪੜ੍ਹਾ ਸਕਦਾ ਪਰ ਇਹਦੇ ਉੱਤੇ ਮੇਨ ਪਲੱਸ ਪੁਆਇੰਟ ਤੂੰ ਆਪਣਾ ਸਪੋਂਸਰ ਲਾਉਂਦੇ ਸੀ ਸਪੋਂਸਰ ਤੇਰਾ ਖਰਚਾ ਚੁੱਕਦਾ ਵੀ ਨਹੀਂ ਚੁੱਕਦਾ ਠੀਕ ਹੈ ਅਤੇ ਮੈਨੂੰ ਨਾ ਹੁਣ ਹੁਣ ਕਹਿ ਰਿਹਾ ਸੀ ਤੇਰਾ ਵੀਜ਼ਾ ਜਿਸ ਤਰ੍ਹਾਂ ਹੁਣ ਜੱਸੀ ਨੇ ਤੈਨੂੰ ਸਪੋਂਸਰ ਕੀਤਾ ਵਾ ਅਤੇ ਜਿਸ ਤਰ੍ਹਾਂ ਤੇਰਾ ਵੀਜ਼ਾ ਪਹਿਲੇ ਲੱਗਣ ਦਾ ਫਿਰ ਤਾਂ ਜੱਸੀ ਦੇ ਤੁਸੀਂ ਸਪੋਂਸਰ ਮੇਰੇ ਜਵਾਕਾਂ ਨੂੰ ਕਰ ਦਿੰਦੇ ਉਹਨਾਂ ਨੇ ਹੁਣ ਪਤਾ ਕੋਈ ਨਹੀਂ ਕੀ ਕਰਨਗੇ ਕੀ ਨਹੀਂ ਕਰਨਗੇ ਪਤਾ ਕੋਈ ਨਹੀਂ ਅਸੀਂ ਮੂੰਹ ਸਿਰ ਨਹੀਂ ਦੱਸਾਂਗੇ ਉਹੀ ਨਾ ਵੀ ਜਦੋਂ ਵੀ ਕਹਿੰਦਾ ਵੀ ਮੈਂ ਵੀ ਅਸੀਂ ਤਾਂ ਵੀਰ ਮੇਰਾ ਕਰ ਨਹੀਂ ਸਕਦੇ ਵੀ ਜਿੰਨਾ ਚਿਰ ਮੇਰਾ ਵੀਜ਼ਾ ਲੱਗਦਾ ਨਹੀਂ ਹੈ ਵੀ ਜਦੋਂ ਮੇਰਾ ਵੀਜ਼ਾ ਲੱਗੂਗਾ ਫਿਰ ਤਾਂ ਉਹਨੇ ਦੋਵਾਂ ਜਣਿਆਂ ਦੀਆਂ ਸੈਲਰੀਆਂ ਵੇਖਣੀਆਂ ਵਾ ਹਾਂ ਨਹੀਂ ਸਪੋਂਸਰ ਤਾਂ ਨਹੀਂ ਕਰ ਸਕਦਾ ਜਦੋਂ ਆਪਾਂ ਜਦੋਂ ਤੂੰ ਇੱਕ ਨਾ ਪਰਮਾਨੈਂਟ ਹੋ ਗਈ ਨਾ ਜਦੋਂ ਜਦੋਂ ਹੁਣ ਮੇਰਾ ਵੀਜ਼ਾ ਲੱਗ ਗਿਆ ਠੀਕ ਹੈ ਜਦੋਂ ਮੇਰਾ ਵੀਜ਼ਾ ਲੱਗ ਗਿਆ ਕਿ ਮੇਰੀ ਬਰਾਬਰ ਦੀ ਸੈਲਰੀ ਹੋਣ ਲੱਗ ਪਈ ਸਭ ਕੁਝ ਹੈ ਨਾ ਉਹਦੇ ਫਿਰ ਡਿਪੈਂਡ ਹਾਂ ਬਾਕੀ ਇਹਦਾ ਘਰ ਵੱਡਾ ਚਾਹੀਦਾ ਵੀ ਇਹਨੇ ਵੀ ਕਰਨਾ ਹੋਇਆ ਆਹੋ ਅਤੇ ਸਭ ਕੁਝ ਤਾਂ ਵੇਖਣਾ ਤਾਂ ਵੀਰ ਮੇਰਾ ਬਹੁਤ ਕੁਝ ਬਾਕੀ ਹੁੰਦਾ ਰਹਿੰਦਾ ਮੇਨ ਸਪੋਂਸਰ ਦੇ ਟਿਕਣਾ ਤੇਰਾ ਕੰਮ ਹਾਂ ਜੇ ਤੈਨੂੰ ਹਾਂ ਜੇ ਤੈਨੂੰ ਸਪੋਂਸਰ ਕਰਦੇ ਆ ਉਹ ਸਭ ਕੁਝ ਕਰਦੇ ਆ ਠੀਕ ਆ ਫਿਰ ਕਹਿੰਦਾ ਇਹ ਤਾਂ ਮੈਂ ਗਰੰਟੀ ਦਿੰਦਾ ਵੀ ਇੱਕ ਪਹਿਲੀ ਵਾਰ ਤੈਨੂੰ ਤੰਗੀ ਹੋਣੀ ਬਾਅਦ ਉਹ ਤੋਂ ਬਾਅਦ ਤੇਰਾ ਵੀਜ਼ਾ ਲੱਗਦੇ ਜਾਇਆ ਕਰਨੇ ਆ ਅਤੇ 7 ਸਾਲਾਂ ਬਾਅਦ ਪਰਮਾਨੈਂਟ ਹੋਊਗੀ ਇਹਦੇ ਗੱਲ ਕਹਿੰਦਾ ਪੱਕੀ ਆ ਭਾਵੇਂ ਤੂੰ 3 ਕੁੜੀਆਂ ਪੜ੍ਹਾ ਲਾ ਇੱਥੇ ਲਿਆ ਕੇ ਹੈਂ ਚਾਚਾ ਮੈਨੂੰ ਤਾਂ ਯਾਰ ਤੂੰ ਥੋੜ੍ਹੀ ਫਾਰਮ ਫਰੂਮ 'ਤੇ ਤੂੰ ਉਹਦੇ ਨਾਲ ਥੋੜ੍ਹੀ ਗੱਲ ਕਰੇਗਾ ਕੀ ਕਹਿੰਦੇ ਭਲਾ ਕਿੱਥੋਂ ਬੋਲਦੇ ਆ ਕੀ ਕਰਦੇ ਆ ਤੈਨੂੰ ਪਤਾ ਹੀ ਆ ਮੈਂ ਉਹਦੇ ਨਾਲ ਕੀ ਗੱਲ ਕਰ ਲਈ ਮੈਂ ਤਾਂ ਮਰ ਕੇ ਆਪਣੀਆਂ ਕਰੀ ਜਾਂਦਾ ਅੱਜ ਕੱਲ੍ਹ ਮੈਂ ਉਹਦੇ ਨਾਲ ਕਿਸੇ ਦੂਜੇ ਅਸੀਂ ਕੀ ਗੱਲ ਕਰੀਏ ਕੀ ਨਾ ਕਰੀਏ ਹਾਂ ਹਾਂ ਉਹ ਹੀ ਨਾ ਹਾਂ ਉਹ ਘਰ ਨੂੰ ਗਿਆ ਫਿਰ ਮੈਂ ਉਹ ਮੈਂ ਮੇਰੇ ਚਿਪ ਚਿਪੀ ਚੱਲਿਆ ਵੀਰ ਮੇਰਾ ਮੇਰੇ ਸਾਹਮਣੇ ਵਕੀਲ ਦਾ ਫੋਨ ਆਇਆ ਨਾ ਹਾਂ ਜਿੱਦਾਂ ਭਲਾ ਆਪਣਾ ਤੇਰਾ ਸਭ ਕੁਝ ਹੈਗਾ ਵਾ ਤੇਰਾ ਭਾਵੇਂ ਤੇਰਾ ਭਾਵੇਂ ਸਰਨੇਮ ਹੋਵੇ ਨਾ ਹੋਵੇ ਉਹਦੀ ਕੋਈ ਚੀਜ਼ ਕੋਈ ਨਹੀਂ ਆ
ਹਾਂ ਠੀਕ ਹੈ ਨਾ ਜਦੋਂ ਹੁਣ ਮੇਰਾ ਆਈਡੀ ਕਾਰਡ ਤੇ ਮੇਰੇ ਤੇ ਉਹਨੇ ਸਭ ਕੁਝ ਮੰਗਣਾ ਨਾ ਵੀ ਇਹਦਾ ਸਰਨੇਮ ਕੀ ਹੈ ਕੀ ਨਹੀਂ ਆ ਠੀਕ ਹੈ ਨਾ ਬਗਿਆ ਹਾਂ ਮੈਨੂੰ ਲੱਗਦਾ ਵੀ ਉਹ ਤੈਨੂੰ ਉਹ ਤੇਰਾ ਨਵਾਂ ਫਾਰਮ ਉੱਥੋਂ ਆਇਆ ਵਾ ਕੋਰਟ ਦੇ ਵਿੱਚੋਂ ਤੇ ਉਹ ਤੈਨੂੰ ਉਹ ਤੇ ਤੇਰੇ ਸਾਈਨ ਹੋਣੇ ਹੈ ਨਾ ਤੇ ਉਹ ਸਾਈਨ ਕਰਕੇ ਫਿਰ ਦੋਰੀ ਹੀ ਭੇਜਾਂਗੇ ਨੂੰ ਆਈ ਹੁਣ ਹਾਂ 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 ਉਹਨੂੰ ਮਿਲਾਉਣਾ ਮੈਂ ਕਰਦਾ ਕਹਿੰਦਾ ਕੀ ਕਹਿੰਦਾ ਉਹ ਹਾਂ ਨਾ ਹਾਂ ਉਹੀ ਨਾ ਹਾਂ ਆਹ ਮੈਂ ਕਰਾਂ ਮੈਂ ਬਸ ਪਹੁੰਚ ਰਿਹਾ ਨਾ ਜੇ ਜਿੱਥੇ ਬੁਗਿਆ ਤੇ ਮੈਂ ਉਹਨੂੰ ਵਕੀਲ ਚੱਲ ਠੀਕ ਹੈ ਚੱਲਦੇ ਹਾਂ ਚੱਲ
ਸਕੂਲ ਦੇ ਵਿੱਚ ਤੇ ਉਹ ਆਉਂਦਾ ਸੀ ਵੀ ਇਹਦੀ ਕੁੜੀ ਜਿੱਦਾਂ ਆਉਂਦਾ ਵੀ ਪਹਿਲਾਂ ਅਸੀਂ ਲਵਾਂਗੇ ਇਹਦਾ ਟੈਸਟ ਖੂਨ ਦੇ ਲੀਕੇ ਵਾਲਾ ਠੀਕ ਆ ਵੀ ਜਿੱਦਾਂ ਵੀ ਦੂਜੇ ਸਕੂਲਾਂ ਦੇ ਵਿੱਚ ਹੁੰਦਾ ਵੀ ਜੇ ਬਾਹਰੋਂ ਬੱਚੇ ਆਉਂਦੇ ਕਿਸੇ ਦੀ 4000 ਫੀਸ ਹੁੰਦੀ ਹੈ ਕਿਸੇ ਦੀ 6000 ਕਰ ਦਿੰਦੇ ਡਬਲ ਕਰ ਦਿੰਦੇ ਉਹ ਤੇ ਆਉਂਦਾ ਸਾਡੇ ਸਕੂਲ ਦੇ ਵਿੱਚ ਕੀ ਹੈ ਵੀ ਜਿੰਨਾ ਜਿਹਦੀ ਨੋਰਮਲੀ ਹੋਂਗਕੋਂਗ ਬੱਚੇ ਦੀ ਫੀਸ ਉਨੀ ਬਾਹਰ ਵਾਲੇ ਦੀ ਵੀ ਆ ਕੋਈ ਐਕਸਟਰਾ ਨਹੀਂ ਹੈਗੀ ਤੇ 2300 ਕੁਝ ਏਦਾਂ ਮਹੀਨੇ ਦਾ ਬੰਦਾ ਵਾ ਤੇ ਆਉਂਦਾ ਵੀ ਨੰਬਰ ਇੱਕ ਦੇ ਬਾਅਦ ਵਿੱਚ ਅਸੀਂ ਸਭ ਕੁਝ ਕਰਕੇ ਤੇ ਜਿੱਦਾਂ ਸਕੂਲ ਸਿਲੈਕਸ਼ਨ ਕਰਕੇ ਸਭ ਕੁਝ ਦਵਾਂਗੇ ਤੁਹਾਨੂੰ ਸਰਟੀਫਿਕੇਟ ਦਾ ਕਲੀਅਰ ਸਰਟੀਫਿਕੇਟ ਸਾਡੇ ਲੋ ਸਭ ਕੁਝ ਅਸੀਂ ਓਕੇ ਕਰਕੇ ਲੋ ਠੀਕ ਆ ਤੇ ਆਉਂਦਾ ਉਸ ਤੋਂ ਬਾਅਦ ਨੰਬਰ ਦੋ ਤੁਹਾਨੂੰ ਇੱਕ ਚਾਹੀਦਾ ਸਪੋਂਸਰ ਸਪੋਂਸਰ ਜਿਹੜਾ ਮਾਂ ਪਿਓ ਦੇ ਰਿਲੇਟਿਵ 'ਚ ਚਾਹੀਦਾ ਵਾ ਜਿਸ ਤਰ੍ਹਾਂ ਦਾ ਇਹਨੂੰ ਆਉਂਦਾ ਵੀ ਤੇਰੀ ਭੈਣ ਇੱਥੇ ਹੈਗੀ ਆ ਉਹ ਸਪੋਂਸਰ ਇਹਨੂੰ ਕਰ ਸਕਦੀ ਆ ਠੀਕ ਆ ਤੇ ਉਹਦੇ ਬਾਰੇ ਤੈਨੂੰ ਇੱਕ ਵਕੀਲ ਚਾਹੀਦਾ ਵਾ ਵਕੀਲ ਜਿਹੜਾ ਤੇਰਾ ਵੀ ਉਹ ਇਮੀਗ੍ਰੇਸ਼ਨ ਕੇਸ ਲਾ ਸਕੇ ਠੀਕ ਆ ਤੇ ਉਹ ਉਹ ਜਿਹੜਾ ਵਕੀਲ ਆਪੇ ਵਕੀਲ ਜਿਹੜਾ ਬਾਕੀ ਜਿਹੜਾ ਜੋ ਵੀ ਕਲੀਅਰੈਂਸ ਕਰਾਉਣੀ ਤੇਰਾ ਵਕੀਲ ਕਰਾਊਗਾ ਵੀ ਦੂਜਾ ਉਹ ਕੋਈ ਵੀ ਸਵਾਲ ਪੁੱਛ ਸਕਦੇ ਇਹਨੂੰ ਵੀ ਉਹ ਤੂੰ ਇੱਥੇ ਕਿਉਂ ਪੜਾਉਣਾ ਚਾਹੁੰਦੇ ਆ ਕਾਹਤੋਂ ਕਿ ਉਹਨੂੰ ਰੀਜ਼ਨ ਚਾਹੀਦਾ ਕੋਈ ਨਾ ਕੋਈ ਰਿਜੈਕਟ ਕਰਨ ਵਾਲੇ ਨਾਲ ਖਾਸ ਤੌਰ ਅਸੀਂ ਦਿੰਦੇ ਨੇ ਰੀਜ਼ਨ ਕਿਸੇ ਨੂੰ ਆਉਂਦਾ ਜੇ ਉਹ ਆਖਣ ਕਿਉਂ ਪੜ੍ਹਾਉਣੀ ਚਾਹੁੰਦੇ ਆ ਜਿਵੇਂ ਜਿਵੇਂ ਤੇ ਅੰਦਰ ਬੱਚਾ ਉਹੀ ਵੀ ਅਸੀਂ ਲੈਟਰ ਦੇਵਾਂਗੇ ਵੀ ਇਹ ਹਾਈ ਸਟੱਡੀ ਦਾ ਕਰਕੇ ਇੰਟਰਨੈਸ਼ਨਲ ਲੈਵਲ ਸਟੱਡੀ ਦਾ ਕਰਕੇ ਕਰਦੇ ਆ ਠੀਕ ਆ ਅਤੇ ਬਾਕੀ ਆਉਂਦਾ ਵੀ ਜਦੋਂ ਪਹਿਲੇ ਸਾਲ ਹੀ ਤੈਨੂੰ ਤੰਗੀ ਜਿਹੜੇ ਦੂਜੇ ਸਾਲ ਦੇ ਵਿੱਚ ਜਦੋਂ ਵੀਜ਼ਾ ਤੁਸੀਂ ਗਾਂਹ ਅਪਲਾਈ ਕਰਨਾ ਆਪਦਾ ਫਾਰਮ ਫਿਲ ਕਰਨੇ ਆ ਉਹਦੇ ਵਾਸਤੇ ਫਿਰ ਫੋਰਮ ਚਾਹੀਦਾ ਹੁੰਦਾ ਅਤੇ ਉਹ ਅਸੀਂ ਆਉਂਦਾ ਉਹਦੇ ਵਾਸਤੇ ਸਾਡਾ ਕੋਈ ਚਾਰਜਸ ਨਹੀਂ ਹੁੰਦਾ ਸਕੂਲ ਆਟੋਮੈਟਿਕਲੀ ਲੈਟਰ ਦਿੰਦਾ ਜੀ ਅਤੇ ਆਉਂਦਾ ਵੀ ਉਸ ਤੋਂ ਬਾਅਦ ਇਹਨੇ ਸਾਲ ਦੀ ਫੀਸ ਕੱਟ ਨਹੀਂ ਦੇਣੀ ਫਿਰ ਜਦੋਂ ਹੁੰਦਾ ਫਿਰ ਮੰਥਲੀ ਫੀਸ ਨੋਰਮਲੀ ਬੱਚਿਆਂ ਨੂੰ ਇਹਦੀ ਚੱਲਣ ਲੱਗ ਪੈਣੀ ਆ ਕਹਿੰਦਾ ਸਾਡੇ ਸਕੂਲ 'ਚ ਪਹਿਲਾਂ ਵੀ ਬੱਚੇ ਪੜ੍ਹਦੇ ਆ ਇੱਕ ਦੋ ਫਲਪੀਨ ਦੇ ਜਵਾਕ ਆ ਕਹਿੰਦੇ 7 ਸਾਲ ਬਾਅਦ ਬੰਦਾ ਗਰੰਟੀ ਪਰਮਾਨੈਂਟ ਹੁੰਦਾ ਵਾ ਸਕੂਲ ਬੇਸ 'ਤੇ ਸਟੱਡੀ ਬੇਸ 'ਤੇ ਆ 7 ਸਾਲਾਂ ਬਾਅਦ ਬੰਦਾ ਪਰਮਾਨੈਂਟ ਹੁੰਦਾ 7 ਸਾਲਾਂ ਬਾਅਦ ਬੰਦਾ ਬੱਚਾ ਪਰਮਾਨੈਂਟ ਹੁੰਦਾ ਆਉਂਦਾ ਆਲਰੇਡੀ ਆਉਂਦਾ ਸਾਡੇ ਸਕੂਲ ਦੇ ਬੱਚੇ ਨੂੰ ਪਰਮਾਨੈਂਟ ਆਈ ਡੀ ਕਾਰਡ ਹੈਗੇ ਆ ਜਿਹੜੇ ਬਾਹਰੋਂ ਸਟੱਡੀ ਕਰਦੇ ਆ ਹਾਂ ਹਾਂ ਪਿਆਰ